ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗੁੱਡ ਮੋਰਨਿੰਗ, ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਦੇ ਅੱਜ ਦਾ ਵਲੌਗ। ਸਵੇਰ ਦੇ 8:30 ਹੋਏ ਆ ਅਤੇ ਤੁਹਾਨੂੰ ਦੱਸ ਦਈਏ, ਸਵੇਰੇ ਸਵੇਰੇ ਆਪਾਂ ਇੱਕ ਬੂਟਾ ਬਾਪੂ ਨੇ ਲਾ ਤਾ। ਇਹ ਆਪਣੇ ਅਮਰੂਦਾਂ ਦਾ ਬੂਟਾ ਇੱਧਰ ਹੋਇਆ ਸੀਗਾ, ਨਾਲ ਉੱਗ ਰਿਹਾ ਸੀ ਪਹਿਲਾਂ ਆਪਣੇ ਇੱਧਰ ਬਾਹਰ ਲੱਗਿਆ ਹੋਇਆ ਅਮਰੂਦਾਂ ਦਾ ਬੂਟਾ, ਉਹਦੇ ਨਾਲ ਆਪੇ ਉੱਗ ਰਿਹਾ ਇਹ। ਅਤੇ ਬਾਪੂ ਦਾ ਚੱਲ ਆਪਾਂ ਪੱਟ ਕੇ ਅੰਦਰ ਲਾ ਦਿੰਦੇ ਜੇ ਚੱਲ ਪਿਆ ਤਾਂ। ਅਤੇ ਇਹਦੇ ਨਾਲ ਵੈਸੇ ਇੱਧਰ ਸਾਡੇ ਜੰਗਲ ਹੀ ਬਣਿਆ ਪਿਆ, ਹੁਣ ਵਧਾਵਾਂਗੇ ਹੁਣ ਘਾਹ ਜਾ ਇਹ, ਕਿਉਂਕਿ ਸਾਉਣ ਦੇ ਮਹੀਨੇ ਇਹ ਜ਼ਿਆਦਾ ਤਾਂ ਹੋ ਜਾਂਦਾ, ਮੀਂਹ ਮੂੰਹ ਪੈਂਦੇ ਰਹਿੰਦੇ ਆ ਉਹਦੇ ਕਰਕੇ। ਅਤੇ ਹੁਣ ਆਪਾਂ ਇਹਨੂੰ ਵਧਾ ਕੇ ਅਤੇ ਫਿਰ ਸਿਆਲ ਵਾਲੀਆਂ ਸਬਜ਼ੀਆਂ ਸੁਬਜ਼ੀਆਂ ਤਾਂ ਲਾਵਾਂਗੇ, ਗਰਮੀ ਵਾਲੀਆਂ ਤਾਂ ਸਾਥੋਂ ਆਇਸ ਵਾਲੀ ਨਹੀਂ ਲੱਗਦੀਆਂ ਹੁੰਦੀਆਂ, ਕਿਉਂਕਿ ਗਰਮੀ ਜ਼ਿਆਦਾ ਹੋ ਜਾਂਦੀ ਆ ਅਤੇ ਟਾਈਮ ਲੱਗਦਾ ਨਹੀਂ ਇਸ ਕਰਕੇ। ਅਤੇ ਇਹਦੇ ਅਮਰੂਦ ਬਾਈ ਮਿੱਠੇ ਬਹੁਤ ਆ, ਅਤੇ ਇਸ ਕਰਕੇ ਅਸੀਂ ਉੱਧਰ ਬੂਟਾ ਲਾਇਆ ਹੁਣ, ਵੀ ਚੱਲ ਖਾ ਲਿਆ ਕਰਾਂਗੇ ਅੰਦਰਲੇ ਪਾਸੇ ਵੀ ਹੋ ਗਿਆ ਤਾਂ ਚੱਲ ਵਧੀਆ ਹੈ ਨਾ। ਇਹਦੇ ਨਿੱਕੇ ਨਿੱਕੇ ਅਮਰੂਦ ਲੱਗਦੇ, ਨਿੱਕੇ ਨਿੱਕੇ ਅਮਰੂਦ ਹੀ ਪੱਕ ਜਾਂਦੇ, ਇਹਦੇ ਬਹੁਤ ਸਵਾਦ ਹੁੰਦੇ, ਮਿੱਠੇ ਬਹੁਤ ਆ। ਅਤੇ ਚਲੋ ਜੀ, ਕਰਦੇ ਸ਼ੁਰੂ ਅੱਜ ਦਾ ਵਲੌਗ। ਸਵੇਰੇ ਸਵੇਰੇ ਮੇਰੀ ਘਰ ਵਾਲੀ ਨੂੰ ਕਿੰਨਾ ਕੰਮ ਕਰਨਾ ਪੈਂਦਾ, ਇਹ ਗੱਲ ਵਿਚਾਰੀ। ਡਰਾਮੇ ਬਹੁਤ ਕਰਦਾ ਮੈਂ, ਕਹਿੰਦੀ ਬਹੁਤ ਜੀਵਾ। ਕੀ ਡਰਾਮੇ ਕੀਤੇ? ਸਵੇਰੇ ਸਵੇਰੇ ਕੀ ਸਵੇਰੇ ਸਵੇਰੇ ਇੰਨਾ ਕੰਮ, ਸਵੇਰੇ ਕਿਸੇ ਸਵੇਰਾ ਹੀ ਆ ਹੁਣ, ਰਾਤ ਨੂੰ ਥੋੜੀ ਕਰੀਦਾ ਕੰਮ, ਵਿਹੜਾ ਆ ਚੁੱਕਿਆ ਜੇਬ ਢਿੱਲੀ ਕਰਨ ਦਾ, ਕਿਉਂਕਿ ਰੱਖੜੀ ਆ ਗਈ ਨੇੜੇ ਤੇ ਟਾਈਮ ਨਾਲ ਹੀ ਅਸੀਂ ਆਖਿਆ ਚਲੋ ਵੀ ਜਵਾਕਾਂ ਲਈ ਤੇ ਭੈਣਾਂ ਲਈ ਗਿਫਟ ਲਿਆਈਏ, ਜੋ ਵੀ ਆਪਾਂ ਦੇਣਾ ਕਰਨਾ। ਵਲੌਗ ਦੇ ਵਿੱਚ ਹੋਰ ਚੀਜ਼ ਕਲੀਅਰ ਹੋ ਜਾਊਗੀ, ਪਰਸੋਂ ਦੀ ਲੱਗੀ ਆ, ਕਦੋਂ ਜਾਣਾ ਆਪਾਂ ਸੂਟ ਲੈਣ, ਕਦੋਂ ਜਾਣਾ ਆਪਾਂ ਕੱਪੜੇ ਲੈਣ, ਕਦੋਂ ਜਾਣਾ, ਚੱਲ ਗਏ ਚੱਲ, ਕੱਲ ਤਾਂ ਲੜਾਈ ਵੀ ਹੋ ਗਈ ਸੀ ਇਸ ਮਸਲੇ ਚ, ਇਸ ਕਰਕੇ ਸ਼ਾਇਦ ਵਲੌਗ ਵੀ ਨਹੀਂ ਆਇਆ ਇੱਕ ਦਿਨ। ਤੇ ਮੈਂ ਮਤਲਬ ਕਹਿ ਰਿਹਾ ਸੀ ਵੀ ਆਪਾਂ ਕੱਲ ਨੂੰ ਚੱਲਾਂਗੇ ਕੱਲ ਨੂੰ ਚੱਲਾਂਗੇ, ਇੱਕ ਦਰਖ ਵਾਲੇ ਮਸਲੇ ਚ ਉਲਝੇ ਹੋਏ ਸੀ ਨਾ, ਉੱਧਰ ਜਾਣਾ ਪੈ ਗਿਆ। ਅਤੇ ਦੂਸਰਾ ਇਹ ਤਾਂ ਮੈਨੂੰ ਆਪ ਹੀ ਕਹਿਣ ਲੱਗ ਜਾਂਦੀ ਆ, ਅਤੇ ਮੈਂ ਬਾਕੀ ਮੈਂ ਇੱਕ ਗੱਲ ਕਰਦਾ ਸੀ, ਮੈਂ ਕਿਹਾ ਵੀ ਨਾ ਬੰਦਾ ਦੋਨੇ ਪਾਸੇ ਹੀ ਫਸ ਜਾਂਦਾ ਆ, ਵੀ ਬੰਦਾ ਭਰਾ ਵੀ ਹੁੰਦਾ, ਭੈਣਾਂ ਨੂੰ ਵੀ ਦੇਣਾ ਪੈਂਦਾ ਅਤੇ ਘਰ ਵਾਲਾ ਵੀ ਹੁੰਦਾ, ਅਤੇ ਘਰ ਵਾਲੀ ਨੂੰ ਵੀ ਲੈ ਕੇ ਜਾਣਾ ਪੈਂਦਾ ਰੱਖੜੀ ਬੰਨਣ ਲਈ, ਹੈ ਨਾ। ਅਤੇ ਵੀ ਜਿਹੜੇ ਹੁਣ ਡੱਬੇ ਡੁੱਬੇ ਹੁੰਦੇ ਆ, ਮਤਲਬ ਉਹ ਤਾਂ ਘਰ ਵਾਲੀ ਕਹਿੰਦੀ ਜਾਓ ਲਿਆਓ ਤੁਸੀਂ ਜਾ ਕੇ ਹੋਟਲ ਤੋਂ, ਹੈ ਨਾ, ਵੀ ਲਿਆਓ ਮਠਿਆਈ ਲਿਆਓ ਰੱਖੜੀਆਂ ਲਿਆਓ, ਉਹ ਵੀ ਘਰ ਵਾਲਾ ਪੈਸੇ ਲਾਉਂਦਾ, ਠੀਕ ਹੈ। ਜਦੋਂ ਕੁੜੀ ਨੂੰ ਪੈਸੇ ਮਿਲਦੇ ਆ ਪੇਕਿਆਂ ਤੋਂ ਅਤੇ ਉਹ ਆਪਦੀ ਜੇਬ 'ਚ ਪਾ, ਇਹ ਤਾਂ ਮੇਰੇ ਰੱਖੜੀਆਂ ਦੇ ਪੈਸੇ ਆ, ਇਹ ਤੇਰੇ ਥੋੜ੍ਹੀ ਆ, ਤਾਂ ਬੰਦਾ ਤਾਂ ਦੋਨੇ ਪਾਸੇ ਰਗੜਿਆ ਗਿਆ, ਬੰਦੇ ਨੂੰ ਚਾਰ ਪੰਜ ਨਹੀਂ ਹੁੰਦੇ ਸਾਰਾ ਸਾਲ, ਮੁੱਕਦਾ ਹੀ ਨਹੀਂ ਕਦੇ। ਮੁੰਡਿਆਂ ਨੂੰ ਤਾਂ ਉਹੀ ਪੈਂਟ ਸ਼ਰਟ, ਮੁੰਡਿਆਂ ਦੀ ਮੈਂ ਤੁਹਾਨੂੰ ਦੱਸ ਦਿੰਦਾ, ਮੁੰਡਿਆਂ ਦੇ ਇਕੱਲੇ ਜੰਮਣ ਦੀ ਖੁਸ਼ੀ ਮਨਾਉਂਦੇ ਆ ਲੋਕ, ਉਦੋਂ ਬਾਅਦ ਸਾਰਾ ਸਾਲ ਕੁੜੀਆਂ ਦਾ ਹੀ ਹੁੰਦਾ, ਸਾਰੀ ਜ਼ਿੰਦਗੀ ਕੁੜੀਆਂ ਦਾ ਹੀ ਹੁੰਦਾ। ਸੋ ਚਲੋ ਉਦਾਂ ਹਾਸੇ ਕੱਢਿਆ, ਵੈਸੇ ਗੱਲਾਂ ਆਪਾਂ ਕਰੀ ਜਾਂਦੇ ਹਾਂ ਅਤੇ ਚੱਲਦੇ ਹਾਂ ਜੀ ਆਪਾਂ। ਆਪਾਂ ਕਿਹੜਾ ਇੱਦਾਂ ਹੁੰਦਾ ਵੀ ਆਪਾਂ ਕਿਹੜਾ ਕੁੜੀਆਂ ਨੂੰ ਨਿੱਤ ਨਿੱਤ ਦੇਣਾ ਹੁੰਦਾ, ਇੱਕ ਸਪੈਸੀਫਿਕ ਦਿਨ ਹੁੰਦੇ ਆ ਵੀ ਉਹਦੇ ਤੇ ਐ ਹੁੰਦਾ ਵੀ ਚੱਲ ਉਹਨਾਂ ਦਾ ਮਾਣ ਸਤਿਕਾਰ, ਵਿਚਾਰੀਆਂ ਆਉਂਦੀਆਂ ਆ ਹਨਾ ਰੱਖੜੀ ਲੈ ਕੇ ਭਾਈਆਂ ਲਈ, ਮੈਂ ਵੀ ਜਾਣਾ, ਮੈਨੂੰ ਵੀ ਬਹੁਤ ਇੱਦਾਂ ਆਸ ਉਮੀਦਾਂ ਹੁੰਦੀਆਂ ਵੀ ਮੇਰਾ ਭਰਾ ਮੈਨੂੰ ਇੱਦਾਂ ਕਰੂਗਾ ਉੱਦਾਂ ਕਰੂਗਾ,
ਸੋ ਹਰੇਕ ਭੈਣ ਨੂੰ ਹੁੰਦਾ। ਇਸ ਕਰਕੇ ਮੈਂ ਤਾਂ ਬਹੁਤ ਦਿਨਾਂ ਦੀ ਮੈਂ ਐਕਟਿਵ ਨੂੰ ਕਹਿੰਦੀ ਆ ਵੀ ਆਪਾਂ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਪੈਸੇ ਦੇ ਦਾਂਗੇ ਲਾਡੀ ਨੂੰ, ਦੱਸ ਸਗੋਂ ਦੀ ਦੂਜਾ ਪੈ ਜਾਂਦਾ ਨਾ ਲਾਡੀ ਨੂੰ ਤਾਂ ਜਿਵੇਂ ਰੱਖਣੀਆਂ ਭੇਜਦੇ ਆ ਅਸੀਂ, ਠੀਕ ਹੈ, ਲਾਡੀ ਨੂੰ ਤਾਂ ਇਹ ਉਹ ਖਰਚਾ ਵੀ ਪਾ ਦਿੰਦੀ ਹੈ ਵੀ ਤੈਨੂੰ ਮੈਂ ਰੱਖੜੀ ਭੇਜੀ ਆ, ਭੇਜਣ ਤੇ ਇੰਨੇ ਲੱਗ ਗਏ ਆ, ਠੀਕ ਹੈ। ਲਾਡੀ ਨਾਲ ਦੁੱਗਣਾ ਤੇ ਕਿਹੜਾ, ਲਾਡੀ ਨੂੰ ਤਾਂ ਯੂਰੋਆਂ ਚ ਲੈਂਦੀ ਨਾ, ਲਾਡੂ ਲਾਡੀ ਤੋਂ ਲੈਂਦੀ ਨੀ ਇੰਡੀਆ ਵਾਲੇ ਰੁਪਈਆਂ ਚ। ਲਾਡੀ ਨੇ ਜਿੰਨਾ ਟਾਈਮ ਲਾਡੀ ਇੰਡੀਆ ਹੁੰਦਾ ਸੀ ਉਨਾ ਟਾਈਮ ਵਧੀਆ ਸੀ ਉਹਨੂੰ, ਮੇਰੇ ਤੋਂ ਲੈ ਲੈਂਦਾ ਸੀ ਜਿਹੜੇ ਮੈਂ ਰੱਖਣੀ 100 ਰੁਪਈਆ ਦਿੰਦਾ ਹੁੰਦਾ ਸੀ ਖਾਣੀ 500 ਰੁਪਈਆ, ਉਹਦੇ ਚ 300-400 ਇੱਦੇ ਭਰੋਟ ਕੇ ਲੈ ਜਾਂਦਾ ਸੀ। ਤੇ ਹੁਣ ਹੱਥ ਆਇਆ 2 ਸਾਲਾਂ ਤੋਂ ਜਦੋਂ ਦਾ ਬਾਹਰ ਕੇ ਆਇਆ, ਹੁਣ ਤਾਂ ਆਪ ਹੀ ਐਵੇਂ ਕਹਾਂ ਆਪੇ ਭੇਜ ਦਿੰਦਾ ਉਹਨੂੰ, ਪਹਿਲਾਂ ਮੇਰਾ ਬਰਥਡੇ ਹੋਵੇ ਜਾਂ ਤਕਦੀਰ ਦਾ ਬਰਥਡੇ ਹੋਵੇ ਉਹ ਸਾਨੂੰ ਪਹਿਲਾਂ ਹੀ ਭੇਜ ਦਿੰਦਾ, ਤੇ ਐਤਕੀ ਰੱਖੜੀਆਂ ਤੇ ਵੀ ਉਹਦੀਆਂ ਰੱਖੜੀਆਂ ਵੀ ਭੇਜ ਦੀਆਂ ਸੀਗੀਆਂ, ਤੇ ਉਹਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਵੀ ਤੈਨੂੰ ਕਿੰਨੇ ਚਾਹੀਦੇ ਕੀ ਚਾਹੀਦਾ ਮੈਂ ਤੈਨੂੰ ਭੇਜ ਦਿੰਦੀ ਹਾਂ। ਸੋ ਸਾਨੂੰ ਦੀਦੀ ਹੁਣਾਂ ਨੇ ਮੈਨੂੰ ਇੱਦਾਂ ਸੀਗਾ ਵੀ ਪੈਸੇ ਵੀ ਆਪਾਂ ਦੇਵਾਂਗੇ ਦੇਵਾਂਗੇ, ਜਿਹੜਾ ਸ਼ਗਨ ਮੰਨਦਾ ਵੀ ਸੂਟ ਵੀ ਲੈ ਆਈਏ ਵੀ ਇੱਕ ਵਧੀਆ ਲੱਗਦਾ ਮੈਨੂੰ ਇੱਦਾਂ ਸੂਟ ਦੇਣੇ। ਫਿਰ ਮੈਂ ਹੁਣ ਅੱਜ ਲੈ ਕੇ ਆਊਂਗੀ ਤੇ ਇੱਕ ਚੀਜ਼ ਤੁਹਾਡੀ ਡਾਊਟ ਹੋਰ ਕਲੀਅਰ ਹੋਊਗਾ ਅੱਜ ਦੇ ਵਲੌਗ ਵਿੱਚ, ਜਿਹਦਾ ਕਿ ਬਹੁਤ ਜਾਣਿਆਂ ਨੇ ਫਾਇਦਾ ਵੀ ਚੱਕਿਆ ਇਸ ਚੀਜ਼ ਦਾ, ਤੇ ਅੱਜ ਤੁਹਾਨੂੰ ਉਹ ਵੀ ਚੀਜ਼ ਕਲੀਅਰ ਕਰਨਾ। ਪਹਿਲਾਂ ਅਸੀਂ ਸੋਚਿਆ ਜਵਾਕਾਂ ਨੇ ਲੈ ਲਈ ਕੱਪੜੇ, ਜਵਾਕਾਂ ਨੇ ਕੱਪੜੇ ਲਈਏ ਉਹ ਦੀਪ ਦੇ ਤੇ ਸਮਰ ਦੇ ਸਿਆਲ ਵਾਲੀ ਤਾਂ ਫਿਰ ਹਜੇ ਨਾ ਦੇ, ਗਰਮੀ ਦੇਖੋ ਕਿੰਨੀ ਘੰਟ ਕਿੱਥੇ ਚੜਨਾ ਵੀਰੇ ਦਾ ਝੱਗਾ ਲੂਣ ਪਾਤਾ ਹੈ ਲੋ ਵੀ ਫੜੋ, ਮੈਡਮਾਂ ਨੂੰ ਅਮਰੂਦ ਖਵਾ ਰਹੇ ਆ। ਵੀਰਪਾਲ ਕੌਰ ਮੈਡਮ ਤਾਂ ਆਈ ਆ ਅੱਜ ਤੀਆਂ ਦਾ ਪ੍ਰੋਗਰਾਮ ਅਟੈਂਡ ਕਰਕੇ, ਚੀਫ ਗੈਸਟ ਸੀਗੇ ਉੱਥੇ, ਛੱਪੜ ਲੇਕ ਦੇ ਕਿਨਾਰੇ ਬੈਠੇ ਉਹਨਾਂ ਨੇ ਜੱਜ ਕੀਤੇ। ਸਹੀ ਗੱਲ
ਮੈਂ ਤਾਂ ਜਾਂਦੀ ਨੀ, ਮੈਂ ਤਾਂ ਲੈ ਕੇ ਨੀ ਜਾਂਦੀ। ਅੱਛਾ ਸਾਰਾ ਦਿਨ ਉਹਨਾਂ ਤੇਲ ਦਾ ਮੇਰੇ ਸਾਹਮਣੇ ਨਾਲ ਗੱਡੀ ਦਾ ਆਉਣ ਜਾਣ ਦਾ ਨੀ ਮੱਚਣਾ, ਜਿਹਨਾਂ ਖੜੇ ਖੜੇ ਨੇ ਸਾੜ ਦਿੱਤਾ। ਅਸੀਂ ਬੰਦ ਕੀਤੀ ਸੀ ਆ ਕੇ ਫੇਰ ਚਲਾਈ ਚਲਾਈ ਬਈ, ਅਸੀਂ ਉਹਦੀ ਬੰਦ ਕਰਤੀ ਸੀ, ਬੰਦ ਕਰਤੀ ਜਦੋਂ ਅਸੀਂ ਗੱਡੀ ਚ ਗਏ ਨਾ, ਉਹਦੀ ਬੰਦ ਕਰਤੀ ਸੀ। ਉਹ ਅਸੀਂ ਆ ਕੇ ਚਲਾਈ, ਉਹ ਵੀ ਦਿਖਾ ਖੋਲ ਕੇ ਇੱਕ ਵਾਰੀ ਬਾਈ ਬਣਿਆ, ਉਹ ਜਿਆਦਾ ਆ ਜਿਆਦਾ ਸੋਹਣੀਆਂ ਦੋਨੇ। ਜਦੋਂ ਆਪਾਂ ਘਰੇ ਜਾਣਾ ਅੱਜ, ਮੈਨੂੰ ਤਾਂ ਰਹਿਣਾ ਜਾਣਾ ਤਾਂ ਹੈਗਾ ਆ, ਚੰਗਾ ਲਹੂ ਪੀਤਾ ਵੀ। ਸਹੀ ਗੱਲ, ਪੀਤੇ ਪੀਤੇ ਹੀ ਦੁਖੀ ਆ। ਲਓ ਵੀ ਮੁੰਡਾ ਸਹੁਰੀ ਚੱਲਿਆ ਤੇ ਰੰਗ ਦੇਖੋ, ਰੂਪ ਵੇਖੋ ਕਿਵੇਂ ਚੜਿਆ। ਉਹਨੂੰ ਚੱਕੀ ਆਉਂਦੀ ਆ ਮੇਰਾ ਕਾਜੂ ਨੀ, ਮੇਰੀ ਪੋਪਲੀ ਪੋਪਲੀ ਦਿੱਤੇ ਚੱਲੀ ਜੀ, ਨੀਤਾ ਪੋਪਲਾ ਦਿੱਤੇ ਚੱਲਾ ਜੀ, ਨੀਤਾ ਪੋਪਲਾ ਗੱਡੀ ਨਾ ਲੈ ਜਾ ਕੋਈ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ। ਇਹ ਵੀ ਸੂਟ ਬਾਈ ਲੈ ਹੀ ਆਈ, ਮੈਂ ਕਿਹਾ ਫੇਰ ਮੈਨੂੰ ਵੀ ਦੇਣਾ ਸੀ, ਫਿਰ ਮੰਮੀ ਨੇ ਉਧਰ ਮੈਂ ਕਿਹਾ ਚੱਲ ਲੈ ਨਹੀਂ ਲਿਆ। ਅੱਜ ਬਾਈ ਤੁਹਾਨੂੰ ਮੈਂ ਬੜੀ ਦੀ ਕਰਤੂਤ ਦੱਸਦਾ। ਅਸੀਂ ਤਾਂ ਗਏ ਹੋਏ ਸੀ ਬਠਿੰਡੇ, ਅਤੇ ਸਾਡੇ ਮਗਰੋਂ ਇਹ ਗਿਆ ਨਿਕਲ ਘਰੋਂ, ਘਰੋਂ ਨਿਕਲ ਗਿਆ ਬਾਹਰ ਆਪਦੇ ਅਵਾਰਾ ਘਰ ਦੇ ਦੋਸਤਾਂ ਦੇ ਨਾਲ, ਜਿਨ੍ਹਾਂ ਨੂੰ ਇਹ ਦੋਸਤ ਮੰਨਦਾ। ਇਹਨੂੰ ਮੈਂ ਬਹੁਤ ਸਮਝਾਇਆ ਪਹਿਲਾਂ ਵੀ, ਠੀਕ ਹੈ ਵੀ ਤੂੰ ਨਾ ਜਾਇਆ ਕਰ ਉਹਨਾਂ ਨਾਲ, ਉਹਨਾਂ ਦੇ ਨਾਲ ਚਲੇ ਗਿਆ ਘਰੋਂ। ਉਹ ਇਹਨੂੰ ਦੂਰ ਲੈ ਗਏ ਆਪਣੇ, ਇੱਧਰ ਸੜਕ ਜਾਂਦੀ ਹੈ ਰਾਮਾਇਣ ਵਾਲੀ ਵੱਡੀ ਜੀ ਟੀ ਰੋਡ, ਉੱਥੇ ਲੈ ਗਿਆ, ਉੱਥੇ ਲੈ ਗਏ, ਉੱਥੇ ਲਿਜਾ ਕੇ ਘੇਰ ਕੇ ਇਹਨੂੰ, ਇਹਦੇ ਦੰਦੀਆਂ ਦੁੰਦੀਆਂ ਵੱਢੀਆਂ ਕੰਨਾਂ 'ਤੇ, ਠੀਕ ਹੈ। ਹੋ ਸਕਦਾ ਵੀ ਇਹਨੂੰ ਮਾਰ ਵੀ ਦਿੰਦੇ, ਪਰ ਉੱਥੇ ਕੁਛ ਬੰਦੇ ਫਿਰਦੇ ਸੀ ਜਿਹੜੇ ਬਾਪੂ ਵਰਗੇ ਨੂੰ ਜਾਣਦੇ ਸੀਗੇ, ਅਤੇ ਜਿਨ੍ਹਾਂ ਨੂੰ ਪਤਾ ਵੀ ਸਾਡੇ ਮਤਲਬ ਕੁੱਤਾ ਇਹ ਰੱਖਿਆ ਹੋਇਆ ਬੜੀ ਲੈਬਰੇ, ਹੈ ਨਾ। ਉਹਨਾਂ ਨੇ ਛਡਾਇਆ, ਫਿਰ ਉੱਥੇ ਘਰ ਸੀਗਾ ਨੇੜੇ, ਅਤੇ ਉਹ ਮੁੰਡਾ ਵੈਸੇ ਮੇਰੇ ਨਾਲ ਪੜ੍ਹਦਾ ਰਿਹਾ ਪਹਿਲਾਂ, ਅਤੇ ਉਹਨਾਂ ਦੇ ਘਰ ਬੰਨਿਆ। ਅਤੇ ਫਿਰ ਉਹਨਾਂ ਨੇ ਫੋਨ ਕੀਤਾ ਬਾਪੂ ਨੂੰ ਸ਼ਾਮ ਨੂੰ ਵੀ ਬਾਈ ਤੁਹਾਡੇ ਵੀ ਬਾਬਾ ਤੁਹਾਡੇ ਕੁੱਤਾ ਹੈਗਾ? ਉਹ ਕਹਿੰਦੇ ਵੀ ਹਾਂਜੀ ਹੈਗਾ ਸਾਡੇ। ਅਤੇ ਕਹਿੰਦੇ ਵੀ ਸਾਰੀਆਂ ਨਿਸ਼ਾਨੀਆਂ ਨਿਸ਼ੂਨੀਆਂ ਪੁੱਛੀਆਂ ਅਤੇ ਬਾਪੂ ਨੇ ਦੱਸੀਆਂ। ਉਹ ਕਹਿੰਦਾ ਵੀ ਹਾਂ, ਉਹ ਕਹਿੰਦਾ ਵੀ ਪਲਾਨਿਆਂ ਦੇ ਘਰ ਬੰਨਿਆ ਪਿਆ, ਕੁੱਤਿਆਂ ਨੇ ਮਾਰ ਦੇਣਾ ਸੀ ਇਹਨੂੰ, ਅਤੇ ਤੁਸੀਂ ਉਹਨੂੰ ਜਾ ਕੇ ਲਿਆ। ਹੁਣ ਜਾ ਕੇ ਫਿਰ ਬਾਪੂ ਨੇ ਮੈਨੂੰ ਫੋਨ ਕੀਤਾ ਵੀ ਕਿੰਨਾ ਕੁ ਟਾਈਮ ਲੱਗੂਗਾ, ਅਤੇ ਨਹੀਂ ਮੈਂ ਵੀ ਫਿਰ ਖੁਸ਼ ਦੀ ਗੱਡੀ ਮੰਗ ਕੇ ਫਿਰ ਉਹ ਲਿਆਵਾਂ, ਹੈ ਨਾ, ਵੀ ਕਿਉਂਕਿ ਗੱਡੀ ਤੋਂ ਬਿਨਾਂ ਤਾਂ ਇਹ ਆਉਂਦਾ ਵੀ ਨਹੀਂ। ਫਿਰ ਮੈਂ ਕਿਹਾ ਵੀ ਮੈਨੂੰ ਟਾਈਮ ਤਾਂ ਕੁਛ ਵੀ ਨਹੀਂ ਲੱਗਣਾ, ਮਤਲਬ ਲੱਗਣਾ ਸੀਗਾ ਕਿਉਂਕਿ ਅਸੀਂ ਦਿਲ ਖੁਸ਼ ਘਰੇ ਥੋੜ੍ਹਾ ਜਿਹਾ ਰੁਕਣਾ ਸੀਗਾ, ਅਤੇ ਫਿਰ ਸਾਨੂੰ ਉਹਦੀ ਭੱਜਣਾ ਪੈ ਗਿਆ, ਅਤੇ ਫਿਰ ਅਸੀਂ ਖਿੱਚ ਨਾ ਆਏ, ਅਤੇ ਹੁਣ ਇਹਨੂੰ ਚੜ੍ਹਾ ਕੇ ਲਿਆਂਦਾ ਉਹਨਾਂ ਦੇ ਘਰ। ਸੋ ਗੁੱਸਾ ਤਾਂ ਬਹੁਤ ਚੜ੍ਹਦਾ, ਪਰ ਕਰਗੇ ਕੀ, ਕਿਉਂਕਿ ਕੀ ਕਹੀਏ ਇਹਨੂੰ, ਕੀ ਸਮਝਾਈਏ, ਹੈ ਨਾ। ਅਸੀਂ ਇਹਨੂੰ ਖੁੱਲ੍ਹਾ ਇਸ ਕਰਕੇ ਰੱਖਦੇ ਹਾਂ ਵੀ ਚੱਲ ਵੀ ਚੱਲ ਆਪਾਂ, ਹੈ ਨਾ, ਵੀ ਐਂ ਨਾ ਫੀਲ ਹੋਵੇ ਜਾਨਵਰ ਨੂੰ ਵੀ ਇਹ ਵੀ ਮੈਨੂੰ ਬੰਨੇ ਹੀ ਰੱਖਦੇ ਸਾਰਾ ਦਿਨ, ਹੈ ਨਾ। ਅਤੇ ਪਰ ਇਹ ਤੋਂ ਇੱਥੇ ਏ ਸੀ ਵਾਲੇ ਕਮਰਿਆਂ 'ਚ ਪੈ ਨਹੀਂ ਹੁੰਦਾ, ਲੂਤ ਲੂਤ ਬਾਹਰ ਕਰਨ ਜਾਂਦਾ। ਸੋ ਹੁਣ ਇਹਦੀ ਆਜ਼ਾਦੀ ਥੋੜ੍ਹੀ ਜਿਹੀ ਕੰਟਰੋਲ ਕਰਦੇ, ਘਟਾਉਣੇ ਆ ਥੋੜ੍ਹਾ ਜਿਹਾ, ਅਤੇ ਫਿਰ ਇਹ ਸੂਤ ਹੋਊਗਾ। ਹੁਣ ਕਿਵੇਂ ਹੂੰ ਕਰੀ ਜਾਂਦਾ, ਹੋ ਸਕਦਾ ਵੱਡੀ ਹੋਵੇ ਦਿੰਦੀ ਉਹਨਾਂ ਨੇ ਕੋਈ ਗੁੰਝੇ ਥਾਂ ਵੀ ਇਹਦੀ,
ਜਿਹੜਾ ਇਹ ਇਹਦੀਆਂ ਇੰਨੀਆਂ ਚੀਕਾਂ ਪਈ ਜਾਂਦੀਆਂ ਦਿਮਾਗ ਸਿਰ ਫਟਣ ਲੱਗਦਾ ਬੜੀ ਨਹੀਂ ਅੱਜ ਹੋਰ ਬਹਿ ਜਾ ਦੇਖ ਲਾ ਤੂੰ ਟਿਕ ਜਾ ਹੁਣ ਤਾਂ ਕਿਸਮਤ ਹੀ ਚੰਗੀ ਹੈ ਇਹਦੀ ਨਹੀਂ ਜਿੱਦੇ ਕਿਸੇ ਦੇ ਧੱਕੇ ਚੜ ਗਏ ਕੋਟ ਫਰੀਦਕੋਟ ਹੋ ਸਕਦਾ ਅੰਬਰਸਰ ਹੀ ਠੋਕੇ ਅਗਲਾ ਚੱਕ ਕੇ ਆ ਜਾਣੀ ਆ ਪਤਲੀ ਜੀ ਤਾਂ ਹੈਗੀ ਉਹ ਤਾਂ ਪਤਲੀ ਹੈਗੀ ਨੀ ਨੀ ਦੀ ਗੱਲ ਆ ਨਾਲ ਆ ਉਹ ਪੈਣੀ ਆ ਪਜਾਮੀ ਤਕਦੀਰ ਓਏ ਓ ਤਕਦੀਰ ਓਰੇ ਆ ਭੱਜ ਕੇ ਆ ਕਿਹਦਾ ਚੱਗਾ ਨਾਨੀ ਕੋਲ ਬਾਟ ਜਾਂਦਾ ਆ ਵੇਗਾ ਇੱਧਰ ਤਕਦੀਰ ਤਕਦੀਰ ਆਉਂਦੀ ਸ਼ਰਮ ਮਾੜੀ ਮੋਟੀ ਹੈ ਓਏ ਹੁਣ ਵੀ ਉਹਨਾਂ ਨੂੰ ਭੌਂਕੀ ਜਾਂਦਾ ਸੀ ਬਾਹਰ ਗਲ ਤੇ ਤਾਂ ਵਾਲ ਉੱਡੇ ਆ ਕੱਲੇ ਉਹ ਪਟੇ ਨਾਲ ਤਕਦੀਰ ਵੀ ਬੰਨੂਗੀ ਫਿਰ ਉਹਨੂੰ ਨਾ ਦਿਖਾਇਓ ਹਜੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਚਲ ਇੱਥੇ ਸਾਰਾ
ਉਹ ਬਈ ਇੱਧਰ ਤਕਦੀਰ ਕੌਰ ਅੱਜ ਸਵੇਰ ਦੀ ਬੈਠੀ ਨਹੀਂ ਸੀ ਤਾਂ ਉਹ ਕਹਿੰਦੀ ਪਾਪਾ ਹੁਣ ਮੇਰਾ ਉਹ ਪੂਰਾ ਕਰੋ ਕੋਟਾ ਜਿਹੜਾ ਸਵੇਰੇ ਰਹਿ ਗਿਆ ਸੀ। ਮੇਰਾ ਇੰਨਾ ਸਿਰ ਦੁਖੀ ਜਾਂਦਾ ਨਾ ਅੱਜ, ਪਹਿਲਾਂ ਤੈਨੇ ਗਰਮੀ ਕਰਕੇ ਹੁਣ ਤੂੰ, ਅੱਜ ਗਰਮੀ ਇੰਨੀ ਆ, ਮੈਂ ਇਹਦੀ ਕਾਰ ਲੁਕੋ ਤੀ ਗੈਰਜ 'ਚ, ਮੈਂ ਕਿਹਾ ਵੀ ਚੱਲ ਇਹਨੂੰ ਨਾ ਪਤਾ ਲੱਗੂਗਾ, ਪਰ ਇਹ ਐਡੀ ਸਤਾਨ ਹੈ ਇਹਨਾਂ ਦਾ ਦਿਮਾਗ ਇੰਨਾ ਵੀ ਜੇ ਇੱਥੇ ਨਹੀਂ ਹੈਗੀ ਤਾਂ ਅੰਦਰ ਪੱਕਾ ਹੋਊਗੀ। ਉਂਗਲਾਂ ਫੜ ਫੜ ਕੇ ਲੈ ਗਈ, ਹਾਂ ਕਢਾ ਕੇ ਹਟੀ। ਤੇ ਬਾਈ ਆਪਾਂ ਸੂਟ ਲੈ ਆਏ ਸੀ ਦੀਦੀ ਹੁਣਾਂ ਲਈ, ਤਿੰਨ ਸੂਟ ਲੈ ਕੇ ਆਏ ਹਾਂ ਆਪਾਂ, ਇੱਕ ਲੈ ਕੇ ਆਏ ਸੀ ਵੱਡੀ ਦੀਦੀ ਲਈ, ਇੱਕ ਲੈ ਕੇ ਆਏ ਸੀ ਵਿਚਾਲੀ ਦੀਦੀ ਲਈ, ਇੱਕ ਲੈ ਕੇ ਆਏ ਸੀ ਆਪਾਂ ਛੋਟੀ ਮਨਦੀਪ ਕੌਰ ਜੀ ਲਈ। ਮਨਦੀਪ ਦਾ ਹਜੇ ਵਿਆਹ ਨਹੀਂ ਹੋਇਆ ਇਸ ਕਰਕੇ ਮੈਂ ਉਹਦਾ ਨਾਮ ਲੈਂਦੀ ਹਾਂ, ਬਟ ਹੈਗੀ ਆ ਇਹ ਮੇਰੇ ਤੋਂ ਤਿੰਨੇ ਦੀਦੀ ਹੁਣੇ ਵੱਡੇ ਆ, ਪਰ ਮਨਦੀਪ ਨੂੰ ਮੈਂ ਕਦੀ ਦੀਦੀ ਨਹੀਂ ਕਿਹਾ, ਮਨਦੀਪ ਨੂੰ ਮੈਂ ਲਾਲੀ ਕਹਿੰਦੀ ਹਾਂ ਕਿਉਂਕਿ ਮਨਦੀਪ ਦਾ ਹਜੇ ਵਿਆਹ ਨਹੀਂ ਹੋਇਆ ਅਤੇ ਉਹੀ ਆਦਤ ਪਈ ਹੋਈ ਆ ਸ਼ੁਰੂ ਤੋਂ ਹੀ ਵੀ ਉਹਨੂੰ ਮੈਂ ਲਾਲੀ ਕਹਿੰਦੀ ਹਾਂ ਜਾਂ ਮਨਦੀਪ ਕਹਿੰਦੀ ਹਾਂ ਅਤੇ ਉਹ ਮੈਨੂੰ ਭਾਬੀ ਕਹਿ ਦਿੰਦੀ ਆ, ਕਦੀ ਕਦੀ ਜੋਤ ਵੀ ਕਹਿ ਦਿੰਦੀ ਆ। ਅਤੇ ਬਾਕੀ ਜਿਹੜੇ ਆਪਾਂ ਸੂਟ ਲੈ ਆਉਂਦੇ ਸੀਗੇ, ਕਿੱਦਾਂ ਫੀਲ ਹੋ ਰਿਹਾ? ਮੇਰਾ ਸੂਟ ਵੀ ਲਿਆਂਦਾ ਮੈਂ, ਪਹਿਲਾਂ ਹੀ ਲੈ ਲਾ ਤੂੰ। ਮੈਂ ਪਹਿਲਾਂ ਸੋਚਦੀ ਸੀ ਚੱਲ ਰਹਿਣ ਦਿੰਦੀ ਰਹਿਣ ਦਿੰਦੀ, ਫਿਰ ਮੈਨੂੰ ਨਾ ਸੂਟ ਸੋਹਣਾ ਲੱਗਾ, ਫਿਰ ਮੈਂ ਕਿਹਾ ਚੱਲ ਮੈਂ ਲੈ ਲੈਣੀ ਕਿਉਂਕਿ ਮੰਮੀ ਉਹਨਾਂ ਨੇ ਵੀ ਮੈਨੂੰ ਰੱਖੜੀਆਂ ਦਾ ਸੂਟ ਦੇਣਾ ਸੀ ਅਤੇ ਮੰਮੀ ਕਹਿੰਦੇ ਸੀ ਵੀ ਤੂੰ ਲੈ ਆਈ ਜੋਤ, ਅਤੇ ਫਿਰ ਮੈਂ ਸੋਚਿਆ ਮੈਂ ਕਿਹਾ ਚੱਲ ਲੈ ਆਉਂਦੀ ਹਾਂ। ਅਤੇ ਇੱਧਰ ਮਹਿਕਦੀਪ ਮੈਨੂੰ ਗਾਲਾਂ ਕੱਢਣ ਲੱਗ ਪਿਆ, ਮਹਿਕਦੀਪ ਕਹਿੰਦਾ ਵੀ ਤੂੰ ਉਦੋਂ ਨਹੀਂ ਲਈਦਾ ਸੀਗਾ, ਉੱਦਾਂ ਨਹੀਂ ਕਰੀਦਾ ਸੀ, ਚੁੰਨੀ ਵੀ ਡਾਈ ਹੋ ਜਾਣੀ ਸੀ, ਸਭ ਕੁਛ ਹੋ ਜਾਣਾ ਸੀ, ਹੁਣ ਚੁੰਨੀ ਦੇ ਕੇ ਆਏ ਹਾਂ ਡਾਈ ਹੋਣੀ। ਚੱਲ ਕੋਈ ਗੱਲ ਨਹੀਂ, ਜਿਹੜਾ ਕੁਛ ਹੋਣਾ ਸੀ ਉਹੀ ਕੁਛ ਹੋਣਾ ਸੀ। ਹੋਰ ਅਸੀਂ ਆਉਣਾ ਸੀ ਦਿਲ ਖੁਸ਼ ਕੇ ਘਰੇ, ਅੱਧਾ ਪੌਣਾ ਘੰਟਾ ਰੁਕ ਕੇ ਅਤੇ ਬੜੀ ਮਹਾਰਾਜ ਪਤਾ ਹੀ ਨਹੀਂ ਕਿੱਧਰ ਚੱਲ ਗਿਆ। ਅੱਗੇ ਦੱਸ ਕੇ ਟਾਈਮ ਬਲੌਗ 'ਚ ਆ ਕੇ ਮੈਂ ਕਿਹਾ ਲੈ ਇਹਨੇ ਆਹ ਕੰਮ ਕਰਤਾ ਅੱਜ ਬੜੀ ਨੇ। ਤੁਸੀਂ ਇੱਕ ਚੀਜ਼ ਦੇਖੋ ਵੀ ਬੜੀ ਦੀ ਕਿਸਮਤ ਇੰਨੀ ਚੰਗੀ ਆ, ਇਹ ਚੰਗੇ ਹੱਥਾਂ ਵਿੱਚ ਜਾਂਦਾ, ਜੇ ਕੋਈ ਲਾਮਲਾ ਹੋਵੇ ਤਾਂ ਇਹਨੂੰ ਲੈ ਜਾਵੇ, ਟਾਂਚ ਕੇ ਬਿਠਾ ਕੇ ਲੈ ਜਾਵੇ। ਇਹ ਸਹੀ ਆ ਜਾਂ ਜਿੰਨਾ ਮੰਨ ਲਓ ਪਿਓਰ ਆ ਕੁੱਤਾ ਹੈ ਨਾ, ਤਾਂ ਹਰੇਕ ਬੰਦੇ ਦੀ ਨੀਤ ਬੇਈਮਾਨੀ ਹੋ ਸਕਦੀ। ਬਾਹਰ ਕੌਣ ਆ? ਭੂਤ ਥੋੜ੍ਹੀ ਕਰਕੇ ਬਹੁਤ ਔਖੀ ਲਿਆਂਦੀ ਬਈ ਅੱਜ ਅੰਦਰ ਇਹ। ਹੁਣ ਇਸ ਵੇਲੇ ਇਹ ਕਹਿ ਰਹੀ ਸੀ ਵੀ ਮੈਨੂੰ ਝੂਟੇ ਦੇ ਚੱਲੋ ਬਾਹਰ, ਅਤੇ ਮੇਰਾ ਸਿਰ ਦੁਖੀ ਜਾਂਦਾ ਸੀਗਾ ਅਤੇ ਉੱਤੋਂ ਬਾਹਰ ਗਰਮੀ ਨਾਲ ਦਿਮਾਗ ਖਰਾਬ। ਮੈਂ ਕਿਹਾ ਵੀ ਪਤ ਚੱਲ ਗਏ, ਮਸਾਂ ਇਹਨੂੰ ਕਾਰ 'ਚ ਬਿਠਾ ਕੇ ਅੰਦਰ ਲਿਆਂਦਾ, ਹੁਣ ਉੱਧਰ ਲੁਕੋ ਗਿਆ। ਇੱਕ ਮੇਰੀ ਆਪਦੀ ਗਲਤੀ ਆ, ਮੈਂ ਇਹਨੂੰ ਜਿੰਨੀਆਂ ਲੁਕਾਉਣ ਵਾਲੀਆਂ ਥਾਵਾਂ ਸੀ ਉਹ ਪਹਿਲਾਂ ਆਪ ਹੀ ਦਿਖਾਤੀਆਂ, ਜਿੱਥੇ ਜਿੱਥੇ ਮੈਂ ਲੁਕਾਉਂਦਾ ਸੀ ਕਾਰ ਉੱਧਰ ਲੁਕਾਉਂਦਾ ਸੀ ਗੱਡੀ ਕੋਲ, ਉੱਧਰ ਵੀ ਦਿਖਾਤਾ। ਹੁਣ ਜੇ ਇਹਨੂੰ ਇੱਧਰ ਨਾ ਲੱਭੇ ਤਾਂ ਫਿਰ ਇਹ ਗੱਡੀ ਕੋਲ ਲੈ ਕੇ ਜਾਂਦੀ ਹੈ, ਸੋ ਹੁਣ ਕੋਈ ਜਗ੍ਹਾ ਲੱਭਣੀ ਪੈਣੀ ਇਹੋ ਜਿਹੀ ਜਿੱਥੇ ਲੁਕੋ ਦਿਆ ਕਰਕੇ ਅਤੇ ਇਹਨੂੰ ਪਤਾ ਨਾ ਲੱਗੇ ਵੀ ਇੱਥੇ ਵੀ ਹੈ ਨਹੀਂ, ਇੱਥੇ ਵੀ ਹੈ ਨਹੀਂ, ਅਤੇ ਮਤਲਬ ਹੈ ਨਹੀਂ, ਕਿਉਂਕਿ ਕਈ ਵਾਰੀ ਜਵਾਕ ਤੋਂ ਖੜਾ ਛੁੜਾਉਣਾ ਬਹੁਤ ਔਖਾ ਹੋ ਜਾਂਦਾ। ਅਤੇ ਚਲੋ ਜੀ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ, ਸਾਰਿਆਂ ਲਈ ਸ਼ੋਪਿੰਗ ਕਰ ਲਈ ਆ। ਇਹਨੇ ਪਰਚੀ ਪਾਉਣੀ ਆ ਏਦਾਂ, ਇੱਕ ਤੇ ਲਿਖਣਾ ਕਿੰਨਾ ਲਿਖੇਗੇ, ਇੱਕ ਤੇ 5,500, ਮੇਰੀ ਗੱਲ ਸੁਣੋ, ਤਿੰਨ ਪਰਚੀਆਂ ਪਾ ਦੇਣੀ, ਇੱਕ ਮਾਮੀ ਹੁਣਾਂ ਨੇ ਪਾ ਦੇਣੀ, ਇੱਕ ਮੰਮੀ ਨੇ ਪਾ ਦੇਣੀ, ਇੱਕ ਮਾਸੀ ਲਈ, ਇੱਕ ਤੇ ਲਿਖ ਦੇਣਾ 5,500,
ਇੱਕ ਤੇ ਲਿਖ ਦੇਣਾ ਜਿੰਨੇ ਦਾ ਸੂਟ ਆਇਆ ਉਹ ਕੀਮਤ, ਇੱਕ ਤੇ ਲਿਖ ਦੇਣਾ 1100। ਇਹ ਹੁਣ ਤੁਹਾਡੀ ਕਿਸਮਤ ਹੈ ਕਿ ਮੰਮੀ ਨੂੰ ਮੇਰੀ ਨੂੰ ਹੇ ਸੱਚੇ ਪਾਤਸ਼ਾਹ ਮੇਰੀ ਮੰਮੀ ਨੂੰ 5100 ਵਾਲੀ ਪਰਚੀ ਹੋਵੇ। ਚਲੋ ਜੀ ਮਿਲਦੇ ਨਵੇਂ ਵਲੌਗ ਦੇ ਨਾਲ, ਬਾਏ ਬਾਏ, ਗੁੱਡ ਨਾਈਟ।